ਮਾੜੀ ਗਰਮੀ ਲੱਗੀ ਵੀ, ਫਿਰ ਤੁਸੀਂ ਪਤਾ ਨਾ ਮਾੜੀ ਸਾਦੀਆਂ ਦੋ ਪੱਖੇ ਦੇ ਗਈ ਸੀ, ਉਸਦਾ ਆਖਿਆ ਮਾੜੀ ਅੰਮੀ ਕੀ ਅਤੇ ਮਾੜੀ ਨਨਾਣ ਕੀ ਗਰਮੀ ਨਾ ਲੱਗੇ। ਅਸਲਾਮ ਅਲੈਕੁਮ ਮਾੜੀਓ ਭੈਣੋ ਅਤੇ ਮਾੜੀਓ ਭਣੇਓ ਅਤੇ ਮਾੜੇ ਪਿਆਰੇ ਪਿਆਰੇ ਭਣੇਓ, ਅੱਲਾ ਤੁਸਾਂ ਕੀ ਆਪਣੀ ਸੁਮਾਨ 'ਚ ਰੱਖਿਆ ਅਤੇ ਅੱਲਾ ਤਾਲਾ ਤੁਸਾਂ ਕੀ ਆਬਾਦ ਰੱਖੇ, ਸ਼ਾਦ ਰੱਖੇ, ਜਿੱਥੇ ਰਹੋ ਖੁਸ਼ ਰਹੋ। ਅਤੇ ਤੁਸਾਂ ਕੀ ਪਤਾ ਅੱਜ ਵਕਾਰ ਪਰਦੇਸੀ ਜੁਲਿਆ, ਅਤੇ ਅੱਲਾ ਉਸਕੀ ਖੈਰੀ ਸਲਾਮਤ ਆਪਣੀ ਮੰਜ਼ਿਲ ਪਰ ਕਿਣੀ ਜਾਏ, ਅਤੇ ਅੱਲਾ ਖੈਰੀ ਸਲਾਮਤ ਉਸਕੀ ਉੱਥੇ ਆਪਣੇ ਕਾਰ 'ਚ ਬੱਸਣਾ ਦੇਵੇ, ਅੱਲਾ ਢੇਰ ਸਾਰੀਆਂ ਉਸਕੀ ਖੁਸ਼ੀਆਂ ਦੇਵੇ। ਅਤੇ ਅੱਲਾ ਜਿਤਨੇ ਮਾੜੇ ਚੈਨਲ ਤੱਕਣੇ ਵਾਲੇ ਨੇ, ਜਿਤਨੇ ਭੈਣਾਂ ਪਰਦੇਸ 'ਚ ਰਹਿਣ ਵਾਲੇ, ਜਿਤਨੇ ਪਾਕਿਸਤਾਨ 'ਚ ਰਹਿਣ ਵਾਲੇ, ਅੱਲਾ ਤਾਲਾ ਸਾਰਿਆਂ ਕੀ ਆਪਣੀ ਸੁਮਾਨ 'ਚ ਰੱਖੇ, ਅਤੇ ਅੱਲਾ ਤਾਲਾ ਸਾਰਿਆਂ ਕੀ ਖੁਸ਼ ਰੱਖੇ ਅਤੇ ਆਬਾਦ ਰੱਖੇ ਅਤੇ ਬੱਸਣਾ ਦੇਵੇ। ਅਤੇ ਇਹ ਤੱਕੀ ਸਕਣੇ ਉਹ ਮਾੜੇ ਕੋਲ ਚੀਜ਼ਾਂ ਨੇ, ਸਾਹ ਬੁਰਾਂ ਕੋਲ ਵੀ ਆ, ਅਤੇ ਮੈਂ ਵੀ ਕੁਝ ਚਾਹੀਆਂ ਵਾਂ। ਅਤੇ ਇਹ ਅਸਾਂ ਹੁਣ ਦੇਣ ਜੁਲਿਆਂ ਪਰਦੇਸੀ ਕੀ, ਅਤੇ ਇਹ ਸਾੜੀਆਂ ਉਹ ਖੜਸੀ ਅਦਰੀਸ ਕਿਸਮ ਜੋਗੀਆਂ ਸਭ ਭੇਜੀਆਂ ਨੇ ਚੀਜ਼ਾਂ, ਅਤੇ ਇਹ ਹੁਣ ਉਸਕੀ ਦੇਣੇ ਅਤੇ ਜੁਲਿਆਂ ਉਸ ਨਾਲ ਨਾਲ ਮਿਲਸਾਂ ਨਾਲ, ਕੋਈ ਉੱਥੇ ਵੀ ਜਾਈ ਕੇ ਉਸ ਨਾਲ ਮਿਲਸਾਂ, ਵੀਡੀਓ ਬਣਾ ਸਾਂ, ਉਸ ਨਾਲ ਵੀ ਬਣਾ ਸਾਂ, ਆਪਣੀਆਂ ਚੀਜ਼ਾਂ ਵੀ ਉਸਕੀ ਦੇਸਾਂ। ਅਤੇ ਉਹ ਸਪੈਸ਼ਲ ਆਇਆ ਸਾਂ ਅਸਾਂ ਕਿ ਮਿਲਣੇ ਵਾਸਤੇ, ਅਤੇ ਅੱਲਾ ਤਾਲਾ ਉਸਕੀ ਢੇਰ ਸਾਰੀਆਂ ਖੁਸ਼ੀਆਂ ਦੇਵੇ। ਅਤੇ ਤੁਸਾਂ ਵੀ ਉਸ ਵਾਸਤੇ ਦੁਆ ਕਰਨੀ, ਜਾਂ ਉਸਕੀ ਅੱਲਾ ਤਾਲਾ ਖੈਰ ਸਲਾਮਤ ਆਪਣੀ ਮੰਜ਼ਿਲ ਉੱਪਰ ਪਹੁੰਚਾਏ, ਅਤੇ ਆਪਣੇ ਘਰ ਜਾਏ ਆਪਣੀ ਫੈਮਿਲੀ ਵਿੱਚ। ਕਿਆ ਖਿਆਲ ਹੈ ਕਿ ਜਿਤਨੇ ਵੀ ਮਾੜੇ ਭੈਣਾਂ ਭਰਾ ਤੱਕਣ ਵਾਲੇ ਸਾਰੇ ਪੂਰੀ ਦੁਨੀਆਂ 'ਚ, ਪਾਕਿਸਤਾਨ, ਇੰਗਲੈਂਡ, ਜਿਤਨੇ ਵੀ ਪੂਰੀ ਦੁਨੀਆਂ 'ਚ, ਅੱਲਾ ਤਾਲਾ ਉਹਨਾਂ ਦੀ ਸਿਹਤ ਦਿਆ, ਤਾਂ ਅੱਲਾ ਤਾਲਾ ਉਹਨਾਂ ਦੀ ਜ਼ਮਾਨ ਵਿੱਚ ਰੱਖੇ, ਆਮੀਨ। ਅਤੇ ਇਸ ਤੋਂ ਬਾਅਦ ਮਾੜੇ ਭੈਣਾਂ ਭਰਾ ਅਸਾਂ ਹੁਣ ਜਾ ਹੀ ਰਹੇ ਹਾਂ, ਕਾਰ ਪਰਦੇਸੀ ਨੇ ਕਾਰ ਅਦਰੀਸ ਵਾਸਤੇ ਕੁਝ ਚੀਜ਼ਾਂ ਭੇਜਣੀਆਂ ਸੀਆਂ, ਅਤੇ ਅਸਾਂ ਉਹਨਾਂ ਨੇ ਕਾਰ ਜਾ ਹੀ ਰਹੇ ਹਾਂ, ਉਹਨਾਂ ਦੀ ਚੀਜ਼ਾਂ ਦੇਸਾਂ। ਅਤੇ ਉਸ ਤੋਂ ਬਾਅਦ ਜਿਹੜਾ ਨਾ ਫਿਰ ਉੱਥੇ ਵੀਡੀਓ ਵੀ ਬਣਾ ਸਕਦੇ ਨੇ ਕਾਰ ਬਈ, ਅਤੇ ਨਾਲ ਆਪਣੇ ਭੈਣਾਂ ਭਰਾ ਕੀ ਜਿਹੜਾ ਨਾ ਉਹ ਹੋਰ ਵੀ ਜਿਹੜੀ ਕੋਈ ਇਹ ਨਵਾਂ ਬਲਾਕ ਹੋਇਆ ਉਹ ਹੀ ਆਪਣੇ ਭੈਣਾਂ ਭਰਾ ਦੱਸ। ਬਿਲਕੁਲ ਇਹ ਗੱਲ ਹੈ। ਅਤੇ ਹੁਣ ਟਾਈਮੇ ਨਾਲ ਜੁੱਸਾਂ, ਜੋ ਉਹਨਾਂ ਨਾਲ ਥੋੜ੍ਹਾ ਜਿਹਾ ਗਲੀ ਜਿਹੜੀ ਹੈ ਨਾ ਉਹਨਾਂ ਨੇ ਬੜੀ ਡਾਢੀ ਹੈ, ਉੱਥੋਂ ਡਰ ਲੱਗਣਾ, ਖੌਫ ਲੱਗਣਾ, ਅਤੇ ਟਾਈਮੇ ਨਾਲ ਜਾਸਾਂ ਅਤੇ ਟਾਈਮੇ ਨਾਲ ਵਾਪਸ ਮੁੜਸਾਂ। ਅਤੇ ਅੱਲਾ ਤਾਲਾ ਸਾਰਿਆਂ ਕੀ ਆਪਣੇ ਸੁਮਾਨ 'ਚ ਰੱਖਾ, ਤਾਂ ਹੁਣ ਜੁਲਨੇ ਹਾਂ ਅਤੇ ਉਸਕੀ ਚੀਜ਼ਾਂ ਦੇਸਾਂ, ਅਤੇ ਉਸ ਜੋਗੀਆਂ ਜਿਹੜੀਆਂ ਚੀਜ਼ਾਂ ਥਈਆਂ ਨੇ, ਅਤੇ ਜਿਹੜੀਆਂ ਇਹ ਨਹੀਂ ਹਨ ਜੇ ਸਾਰੀਆਂ ਜੇ ਤੱਕਣੇ ਪੀ ਆਖੋ ਇਤਨਾ ਸਾਰਾ ਬੰਡਲ, ਸਾਰਾ ਪਰਦੇਸੀ ਕੀ ਦੇਸਨ ਤਾਂ ਕਿਵੇਂ ਕੜਤੀ, ਇਹ ਖਾਲੀ ਇਹ ਇਹਨਾਂ ਨਾਲ ਤਾਂ ਵਜ਼ਨ ਹੀ ਕੋਈ ਨਹੀਂ ਹੈ ਨਾ, ਇਹ ਤਾਂ ਐਵੇਂ ਫੁੱਲੇ ਹੋਏ ਨੇ, ਅਤੇ ਇਹ ਚੀਜ਼ਾਂ ਨੇ ਥੋੜ੍ਹੇ ਜਿਹੇ, ਅਤੇ ਵਾਪਸ ਜਿਹੜੀਆਂ ਆਈ ਗਈਆਂ ਤਕਸਾਂ ਨਾਲ ਜਦ ਗੁੰਜਾਇਸ਼ ਹੋਈ ਤਾਂ ਦੇਸਾਂ ਨਹੀਂ ਤਾਂ ਥੋੜ੍ਹੀਆਂ ਵਾਪਸ ਤੇ ਸਾਰਾ ਜ਼ਬਰਦਸਤੀ ਕੋ ਨਹੀਂ ਹੈ। ਬਿਲਕੁਲ, ਅਤੇ ਫਿਰ ਵੀ ਉਸਨੇ ਬੜੀ ਮਿਹਰਬਾਨੀ ਹੈ, ਬੜਾ ਉਸ ਨਾਲ ਇਹਸਾਨ ਹੈ। ਅੱਲਾ ਨੀ ਕਸਮੇ ਕੋਈ ਇਹੋ ਜਿਹੇ ਬੱਚੇ ਨੇ, ਜਾਂ ਇੱਕ ਇੰਗਲੈਂਡੂ ਆਇਆ ਸਾ ਮਾੜੇ ਪੁੱਤਰਾਂ ਨਾਲ ਦੋਸਤ, ਜਾਂ ਉਸ ਅਸਾਂ ਵਾਸਤੇ ਚੀਜ਼ਾਂ ਆਉਂਦੀਆਂ ਸਨ ਮਾਸ਼ਾਅੱਲਾ ਪੂਰੀ ਫੈਮਿਲੀ ਵਾਸਤੇ, ਅਤੇ ਸਪੈਸ਼ਲ ਦੇਣ ਆਇਆ ਸਾ, ਅਤੇ ਅੱਲਾ ਉਸਕੀ ਆਪਣੀ ਸਮਾਨ 'ਚ ਰੱਖੇ, ਅਤੇ ਜਾਂ ਇਹ ਮਾੜਾ ਭਣਿਆ ਅੱਲਾ ਇਸਕੀ ਵੀ ਆਪਣੀ ਸਮਾਨ 'ਚ ਰੱਖੇ, ਅਤੇ ਇਸ ਸਪੈਸ਼ਲ ਅੱਛੀ ਕੇ ਘਰ ਬਾਇਆ, ਅਤੇ ਨਾਲ ਸਪੈਸ਼ਲ ਮਿਲਣੇ 'ਤੇ ਆਇਆ, ਉਸ ਆਖਿਆ ਤੁਸਾਂ ਅਦਰੀਸ ਵਾਸਤੇ ਜਿਹੜੀ ਚੀਜ਼ ਦੇਸੋ ਮੈਂ ਉਹ ਕਿਣੀ ਜਾਸਾਂ, ਤਾਂ ਤੁਸਾਂ ਨਾ ਆਖਿਆ ਜੇ ਇਹ ਮੈਂ ਨਾ ਦੇਣੇ ਆ, ਅਤੇ ਇਹ ਨਾ ਤੁਸਾਂ ਜਿਹੜੀ ਚੀਜ਼ ਤੁਸਾਂ ਉਸਕੀ ਜ਼ਰੂਰਤ ਹੈ ਤੁਸਾਂ ਉਸ ਵਾਸਤੇ ਭੇਜਿਆ, ਜੇ ਅਸਾਂ ਜ਼ਰੂਰ ਭੇਜਾਂ, ਅਤੇ ਜਿਹੜੀ ਜਿਹੜੀ ਚੀਜ਼ ਅਦਰੀਸ ਕੀ ਜ਼ਰੂਰਤ ਸੀ ਅਸਾਂ ਉਹ ਤੱਕੀ ਸਕਣੇ, ਉਹਨਾਂ ਕੀ ਖਾਸ ਚੀਜ਼ ਹੈ ਇਹ ਜ਼ਰੂਰਤ ਸਨ, ਪਸੰਦ ਹੈ, ਅਤੇ ਇਹ ਮਾਸ਼ਾਅੱਲਾ ਅਸਾਂ ਆਪਣੇ ਦੇਣੇ ਪਿਆ, ਅਤੇ ਅੱਲਾ ਜ਼ਿੰਦਗੀ ਕਰੇ ਉਹਨਾਂ ਨੇ ਖਾਣੇ ਵਾਲਿਆਂ ਨੇ। ਅਤੇ ਹਜੇ ਤਾਂ ਸਿੱਧਰਾ ਇੱਕ ਚੀਜ਼ ਹੋਰ ਵੀ ਰਹੀ ਗਈ ਹੈ, ਉਹ ਸਵੀਟ ਤਾਂ ਚਾਹੇ ਕੋਈ ਨਹੀਂ ਹੈ ਨਾ,
ਮਾੜੇ ਪੁੱਤਰਿਆ ਮੈਂ ਆਪਣੇ ਜੋਗਾ ਤੁਸਾਂ ਕਿਵੇਂ ਬਾਇਆ ਉੱਥੋਂ ਕੀ ਦੇ ਸਨ ਨਾ ਸਵੀਟ ਜਦ ਜਿਸ ਟਾਈਮ ਮੈਂ ਨਾਤ ਪੜ੍ਹਨੀ ਆ ਤਾਂ ਫਿਰ ਮਿੱਕੀ ਖਾਂਸੀ ਸ਼ੁਰੂ ਹੋ ਜਾਣੀ ਤਾਂ ਮੈਂ ਆਪਣੇ ਵਾਸਤੇ ਸਵੀਟ ਕੀ ਦੇ ਸਨ ਅਤੇ ਅਦਰੀਸ ਆਖਣਾ ਅੰਮੀ ਤੁਸਾਂ ਮਾੜੇ ਵਾਸਤੇ ਉਹ ਭੇਜੋ ਅਤੇ ਉਹ ਵੀ ਹੁਣ ਜੋਲੇ ਨੇ ਚਲੋ ਮੈਂ ਫਿਰ ਹੋਰ ਚਾਈ ਕਿਣਸਾਂ ਅਤੇ ਉਹ ਵੀ ਵਿੱਚ ਰੱਖਣਾ ਉਸ ਨੂੰ ਉਹਨਾਂ ਨੂੰ ਯਾਦ ਹੀ ਕੋਈ ਨਹੀਂ ਸੀ ਹੁਣ ਸਪੈਸ਼ਲ ਯਾਦ ਆਏਗੀ ਅਤੇ ਅੱਲਾ ਤੁਸਾਂ ਕੀ ਆਪਣੀ ਸਮਾਨ ਵਿੱਚ ਰੱਖਿਆ ਅਤੇ ਮਿਲਣੇ ਆ ਫਿਰ ਅਤੇ ਜਲਦੀ ਜਲਦੀ ਤੁਸਾਂ ਮਾੜੇ ਚੈਨਲ ਕੀ ਸਬਸਕ੍ਰਾਈਬ ਵੀ ਕਰਨਾ ਫੈਲੋ ਵੀ ਕਰਨਾ ਅਤੇ ਟੱਲੀ ਵੀ ਲਾਜ਼ਮੀ ਮਾਰਨੀ ਅਤੇ ਅੱਲਾ ਤੁਸਾਂ ਕੀ ਆਪਣੇ ਸਮਾਨ ਵਿੱਚ ਰੱਖੋ ਖੁਸ਼ ਰਹੋ ਜੀ ਬਿਸਮਿਲ੍ਲਾ ਰਹਿਮਾਨੀ ਰਹੀਮ ਜੀ ਅੱਜ ਇੱਥੇ ਪਾਕਿਸਤਾਨ ਮਾਰਾ ਆਖਰੀ ਦਿਹਾੜਾ ਆ ਅੱਜ ਇਨਸ਼ਾਅੱਲਾ ਰਾਤੀ ਜਿਹੜਾ ਆ ਲਗਾ ਜਾ ਸਾਂ ਇੰਗਲੈਂਡ ਸਪੈਸ਼ਲ ਮਾਰੇ ਵਾਸਤੇ ਮੁਲਾਕਾਤ ਕਰਨ ਵਾਸਤੇ ਆਏ ਅਦਰੀਸ ਆਦਮ ਦੀ ਫੈਮਿਲੀ ਇਹਨਾਂ ਦਾ ਮੈਂ ਸ਼ੁਕਰੀਆ ਅਦਾ ਕਰਨਾ ਹੈ ਕਿ ਕੀਮਤੀ ਟਾਈਮ ਕੱਢੀ ਤਾਂ ਸਾਰੇ ਕੋਲ ਆਏ ਸਲਾਮ ਅਲੈਕੁਮ ਜੀ ਕੱਲ੍ਹ ਤੁਸਾਂ ਦਾ ਸ਼ੁਕਰੀਆ ਜਿਹੜਾ ਟਾਈਮ ਕੱਢੀ ਦਾ ਆਏ ਮੁਲਾਕਾਤ ਕਰਨ ਵਾਸਤੇ ਸ਼ੁਕਰੀਆ ਤਾਂ ਤੁਹਾਡਾ ਅੱਲਾ ਤੁਸੀਂ ਖੈਰੀ ਸਲਾਮਤ ਖੜ੍ਹੇ ਮੈਂ ਘਰੋਂ ਜਿਸ ਟਾਈਮ ਟੁਰੀ ਸਾਂ ਉਸ ਟਾਈਮ ਵੀ ਢੇਰ ਸਾਰੀਆਂ ਦੁਆਵਾਂ ਦਿੱਤੀਆਂ ਮੈਂ ਕਿਹਾ ਮੈਂ ਯਾ ਪਰਵਰਦਿਗਾਰ ਕਿਸੇ ਨਾ ਵਕਾਰ ਪਰਦੇਸੀ ਆਪਣੀ ਮੰਜ਼ਿਲ ਉੱਪਰ ਜੁਲਿਆ ਜਿੱਥੇ ਉਸ ਪੂਰੀ ਤਾਂ ਕੋਈ ਜ਼ਿੰਦਗੀ ਗੁਜ਼ਾਰਨੀ ਹੈ ਤਾਂ ਕੋ ਨਾ ਇੱਥੇ ਤਾਂ ਹੁਣ ਮਹਿਮਾਨਾਂ ਵਾਸਤੇ ਇੱਥੋਂ ਨਾ ਜੇ ਚਾਰ ਦਿਹਾੜੇ ਮਹਿਮਾਨਾਂ ਵਾਸਤੇ ਹੁਣ ਇੱਥੇ ਮਹਿਮਾਨ ਹੋ ਤੁਸੀਂ ਉੱਥੇ ਤਾਂ ਤੁਸਾਂ ਅਸਲੀ ਘਰ ਹੈ ਅੱਲਾ ਤੁਸਾਂ ਕੀ ਖੈਰੀ ਸਲਾਮਤ ਉਹਨਾਂ ਕੀ ਰੱਖਿਆ ਅਤੇ ਅੱਲਾ ਖੈਰੀ ਸਲਾਮਤ ਆਪਣੇ ਘਰ ਵਿੱਚ ਵਸਣਾ ਦੇਵੇ ਅਤੇ ਮੈਂ ਇਹ ਆਖਣੀ ਹਾਂ ਆਪਣੇ ਭੈਣਾਂ ਭਰਾਵਾਂ ਕੀ ਵੀ ਆਪਣੇ ਜਿਹੜੇ ਸਾਡੇ ਚੈਨਲ ਤੱਕਣੇ ਵਾਲੇ ਨੇ ਉਹਨਾਂ ਕੀ ਵੀ ਇਹ ਆਖ ਸਾਂ ਆਪਣੀ ਜ਼ਿੰਦਗੀ ਜਿਹੜੀ ਹੈ ਨਾ ਤੁਸਾਂ ਜਿਸ ਟਾਈਮ ਇੱਥੋਂ ਜਾਣੇ ਹੋ ਤੁਸਾਂ ਤਾਂ ਕੋ ਨਾ ਉਹ ਵੀ ਜਿਹੜੇ ਪਰਦੇਸੀ ਅੱਛਣੇ ਨੇ ਅਸਾਂ ਕੀ ਰਿਸ਼ਤਾ ਬਣਾਉਣੇ ਨੇ ਰਿਸ਼ਤਾ ਜੋੜਨੇ ਨੇ ਉਹਨਾਂ ਵਾਸਤੇ ਵੀ ਅਸਾਂ ਕਿਸੇ ਨਾ ਖੈਰ ਮੰਗਣੀ ਚਾਹੀਦੀ ਹੈ ਅਤੇ ਜਿਹੜੇ ਖੜਨੇ ਨੇ ਅੱਲਾ ਜ਼ਿੰਦਗੀ ਕਰੇ ਜਿਹੜੇ ਪੁੱਤਰ ਬਣਾਈ ਕੇ ਖੜਨੇ ਨੇ ਉਹਨਾਂ ਕੀ ਵੀ ਮੈਂ ਇਹ ਆਖ ਸਾਂ ਅੱਲਾ ਤਾਲਾ ਤੁਸਾਂ ਕੀ ਵੀ ਜ਼ਿੰਦਗੀ ਦੇਵੇ ਅਤੇ ਸਿਹਤ ਵਾਲੀ ਅਤੇ ਪਿਆਰ ਅਤੇ ਮੁਹੱਬਤ ਜਿਹੜਾ ਨਾ ਦੁਨੀਆ 'ਤੇ ਸਭ ਕੁਝ ਲੱਭੀ ਜਾਣਾ ਪਿਆਰ ਮੁਹੱਬਤ ਜਿਹੜਾ ਨਾ ਇਹ ਬੜੀ ਚੀਜ਼ ਜਿਹੜੀ ਹੈ ਨਾ ਇਹ ਕੁਸਕ ਨਸੀਬਾ ਲਿਆ ਅਤੇ ਇਹੋ ਜਿਹਾ ਘਰ ਜਿਹੋ ਜਿਹਾ ਮਾਸ਼ਾਅੱਲਾ ਅਦਰੀਸ ਅਤੇ ਵਕਾਰ ਪਰਦੇਸੀ ਕੀ ਲੱਭਾ ਅੱਲਾ ਤਾਲਾ ਸਾਰਿਆਂ ਕੀ ਇਹੋ ਜਿਹਾ ਘਰ ਦੇਵੇ ਅਤੇ ਮਾਸ਼ਾਅੱਲਾ ਮਾਸ਼ਾਅੱਲਾ ਇਹਨਾਂ ਨੇ ਵੀ ਮਾਸ਼ਾਅੱਲਾ ਫੈਮਿਲੀ ਚੰਗੀ ਹੈ ਅਤੇ ਮਾਸ਼ਾਅੱਲਾ ਵਕਾਰ ਪਰਦੇਸੀ ਨੇ ਵੀ ਮਾਸ਼ਾਅੱਲਾ ਅੱਲਾ ਜ਼ਿੰਦਗੀ ਕਰੇ ਤੁਸਾਂ ਕੀ ਪਤਾ ਗਿਣਵੀਂ ਫੈਮਿਲੀ ਹੈ ਅਸਾਂ ਨੂੰ ਤਾਂ ਮੰਨੋ ਗਿਣਵੀਂ ਹੈ ਅਤੇ ਮਾਸ਼ਾਅੱਲਾ ਤੁਸਾਂ ਨੂੰ ਵੀ ਕੋਈ ਹੈ ਅੱਲਾ ਜ਼ਿੰਦਗੀ ਕਰੇ ਅਤੇ ਨਿੱਕੀ ਜਿਹੀ ਫੈਮਿਲੀ ਹੈ ਅਤੇ ਅੱਲਾ ਸਾਰਿਆਂ ਕੀ ਜਿਸ ਵੇਲੇ ਸ਼ਾਦੀ ਸ਼ੁਦਾ ਹੋਈ ਜਾਣੇ ਨੇ ਹਰ ਕੋਈ ਆਪਣੇ ਆਪਣੇ ਭਰਾ ਅਲੱਦਾ ਅਲੱਦਾ ਹੋਣਾ ਜਿਤਨੇ ਆਖਣੇ ਨੇ ਪੁੱਤਰ ਹੋਣ ਉਤਨੇ ਝੁੱਲੇ ਹੋਈ ਜਾਣੇ ਨੇ ਅਤੇ ਅੱਲਾ ਸਾਰਿਆਂ ਦੀ ਕਾਮਯਾਬੀ ਬਿਸਮਿਲ੍ਲਾ ਰਹਿਮਾਨ ਰਹੀਮ ਮਾੜੇ ਭੈਣਾ ਭਰਾਓ ਮਾਸ਼ਾਅੱਲਾ ਅੱਜ ਵਕਾਰ ਤਕਰੀਬਨ ਕਿੰਨਾ ਅਰਸਾ ਗੁਜ਼ਾਰੀ ਸੀ ਗਈ ਮੈਂ ਤਕਰੀਬਨ 5 ਹਫ਼ਤੇ ਗੁਜ਼ਾਰੇ ਪਤਾ ਹੀ ਕੋਈ ਨਹੀਂ ਲਗਾ ਕਿ ਇਹ ਜਿਹੜਾ ਨਾਮ ਮਸਲ ਸੁਣੇ ਪਤਾ ਲਗਾ ਇੱਕ ਹਫ਼ਤਾ ਜਦੋਂ ਨਾ ਹੋਏ ਅਤੇ ਸ਼ਾਦੀ ਵੀ ਮਾਸ਼ਾਅੱਲਾ ਭਰਾਉਣੀ ਕੀਤੀ ਨੇ ਮਾਸ਼ਾਅੱਲਾ ਬੜੀ ਸੋਹਣੀ ਸ਼ਾਦੀ ਹੋਈ ਹੈ ਸ਼ਾਦੀ ਭਰਾਈ ਸੀ ਮਾਸ਼ਾਅੱਲਾ ਅਤੇ ਕੋਈ ਪਤਾ ਨਹੀਂ ਲਗਾ ਇਹ ਅਰਸਾ ਜਿਹੜਾ ਗੁਜ਼ਰਨੇ ਨਾਲ ਚਲੋ ਹੁਣ ਆਉਣਾ ਜਾਣਾ ਲਗਾ ਰਹੀ ਸੀ ਇਨਸ਼ਾਅੱਲਾ ਜੀ ਅਤੇ ਨਾਲੇ ਕਿ ਹੁਣ ਇੱਥੇ ਨੇ ਮੌਸਮ ਜਿਹੜਾ ਹੈ ਉਹ ਗਰਮੀ ਕਾਫੀ ਜ਼ਿਆਦਾ ਹੈ ਗਰਮੀ ਜ਼ਿਆਦਾ ਹੀ ਹੈ ਅਤੇ ਉਹ ਥੋੜ੍ਹਾ ਦੇਰ ਇੰਗਲੈਂਡ ਨੂੰ ਫੋਨ ਕੀਤਾ ਸੀ ਆਉਣਾ ਸੀ ਥੋੜ੍ਹਾ ਗਰਮੀ ਆਈ ਹੈ ਲੇਕਿਨ ਉਹ ਪਾਕਿਸਤਾਨ ਦੀ ਵੀ ਗਰਮੀ ਨਹੀਂ ਹੈ ਗਰਮੀ ਜ਼ਰੂਰ ਹੈ ਲੇਕਿਨ ਮਾਸ਼ਾਅੱਲਾ ਤੱਕ ਉਹ ਅੱਲਾ ਤਾਲਾ ਅਸਾਂ ਦੁਆ ਕਰਨੇ ਉਹ ਕਾਰ ਕਿ ਅੱਲਾ ਤਾਲਾ ਖੈਰ ਖਰੀਅਤ ਨਾਲ ਖੜਾ ਆਮੀਨ ਅਤੇ ਆਪਣੀ ਮੰਜ਼ਿਲ ਪਰ ਅੱਲਾ ਤਾਲਾ ਦੀ ਖੈਰ ਖਰੀਅਤ ਨਾਲ ਪਹੁੰਚਾਇਆ ਦੂਈ ਗੱਲ ਇਹ ਜਿਹੜੀ ਦੋਸਤੀ ਹੈ ਨਾ ਦੁਨੀਆ ਤੇ ਸਭ ਕੁਝ ਲੱਭੀ ਦੋਸਤੀ ਜਿਹੜੀ ਤੋੜ ਬਾਣੀ ਹੈ ਨਾ ਇਹ ਬੜੀ ਔਖੀ ਹੈ ਅੱਲਾ ਤੁਸਾਂ ਕੀ ਸਾਰਿਆਂ ਭੈਣਾਂ ਭਰਾਵਾਂ ਕੀ ਪਤਾ ਵਕਾਰ ਪਰਦੇਸੀ ਮਾੜਿਆ ਅਦਰੀਸ ਜੀ ਜਾਂ ਮਾੜਾ ਅਦਰੀਸ ਪੁੱਤਰ ਹੈ
ਉਹ ਜੇ ਮਾੜਾ ਇਹ ਵੀ ਬਣਿਆ ਪੁੱਤਰ ਅੱਲਾ ਜ਼ਿੰਦਗੀ ਕਰੋ ਇਸਨੀ ਇਨਸ਼ਾਅੱਲਾ ਜਾਂ ਮੈਂ ਜਦ ਤੱਕ ਮਾੜੇ ਸਾਹ ਨੇ ਮਾੜੀ ਜ਼ਿੰਦਗੀ ਹੈ ਮੈਂ ਆਪਣਿਆਂ ਬੱਚਿਆਂ ਕੀ ਇਸੇ ਤਰ੍ਹਾਂ ਇਨਸ਼ਾਅੱਲਾ ਇਨਸ਼ਾਅੱਲਾ ਕਦੇ ਜੁਦਾ ਨਾ ਹੋਣ ਦੇਣ ਲੱਗੀ ਇਸੇ ਤਰ੍ਹਾਂ ਦੋਸਤੀ ਜਿਹੜਾ ਇਸੇ ਤਰ੍ਹਾਂ ਕਾਇਮ ਤੇ ਦਹਿਮ ਰਹੇ ਸੀ ਤੇ ਕਾਟੇ ਵਾਧੇ ਮਾੜਾ ਬੱਚਾ ਲਗੇ ਰਹਿੰਦੇ ਨਾ ਛੋਟੀ ਛੋਟੀ ਗੱਲਾਂ ਪਿੱਛੇ ਫੈਮਿਲੀਆਂ ਚ ਕਰੋ ਜਾਂ ਬਾਹਰ ਕਰੋ ਤੇ ਚੰਗਾ ਨਹੀਂ ਲੱਗਣਾ ਜਿੱਥੇ ਪ੍ਰਦੇਸ਼ ਚ ਜਾਓ ਤੇ ਤੁਸੀਂ ਹੁਣ ਸਾਡੇ ਘਰ ਗਏ ਮਾਸ਼ਾਅੱਲਾ ਸਭਾ ਅਸਾਂ ਪੁੱਛਿਆ ਕੋਈ ਚੀਜ਼ਾਂ ਥੋੜੀਆਂ ਦੇਣੀਆਂ ਘਰ ਆ ਕੇ ਜੀ ਜਿਹੜੀਆਂ ਚੀਜ਼ਾਂ ਦਿੱਤੀਆਂ ਦੇਣੀਆਂ ਨੇ ਮੈਂ ਕਿਣੀ ਜਾਂ ਇਹ ਗੱਲ ਹੈ ਇਹ ਗੱਲ ਹੈ ਲੇਕਿਨ ਅਸਾਂ ਵੀ ਸੋਚਣਾ ਚਾਹੀਦਾ ਕਿ ਅਸਾਂ ਹੁਣ ਜ਼ਹਿਰ ਥੋੜ੍ਹੀ ਬਹੁਤੀ ਚੀਜ਼ ਇਤਨੀ ਜਾਣਗੇ ਨਹੀਂ ਫਿਰ ਵੀ ਆਪਣੇ ਕੋਈ ਆਪਣਾ ਤਾਂ ਕੁਝ ਜੋਲਿਆ ਹੀ ਕੋਈ ਨਹੀਂ ਸਰ ਉਹ ਤਾਂ ਸਾਰਾ ਜਿਹੜਾ ਆਵਾਮ ਨਾਲ ਹੀ ਸਭ ਕੁਝ ਜੋਲਿਆ ਜਿਸ ਵੇਲੇ ਬਕਸਾ ਬੇਗਮ ਖੋਲ ਸੀ ਅਸੀਂ ਇਹ ਕਹਿ ਇਹ ਤਾਂ ਸਾਰੀਆਂ ਚੀਜ਼ਾਂ ਆਵਾਮ ਨੀਆਂ ਨੇ ਤੇ ਅਸਾਂ ਨਾਲ ਵਿੱਚ ਕਹਿ ਤੇ ਅੱਲਾ ਜ਼ਿੰਦਗੀ ਕਰੇ ਚੀਜ਼ਾਂ ਨਾਲ ਕੋਈ ਨਹੀਂ ਹੋਣਾ ਮਾੜੇ ਧੀਓ ਤੇ ਪੁੱਤਰੋ ਤਿਆਰ ਕਰਨ ਲਗਾਇਆ ਸਾਰਾ ਸਮਾਨ ਇਹਨਾਂ ਨੇ ਸਾਹਮਣੇ ਬਿਆ ਗਿਣੀ ਦੀ ਨਹੀਂ ਦੱਸਿਆ ਮੈਂ ਕਿਹਾ ਇਹ ਦੋ ਚੀਜ਼ਾਂ ਮਾਰੀਆਂ ਨੇ ਹੋਰ ਸਾਰਾ ਹਵਾ ਮਨਾਇਆ ਤੇ ਮੈਂ ਤਾਂ ਕੋਸ਼ਿਸ਼ ਹੀ ਇਹ ਕਰਨਾ ਆ ਜਿਹੜਾ ਬੰਦਾ ਵੀ ਆ ਸਾਰਿਆਂ ਕੀ ਖੁਸ਼ ਰੱਖਾਂ ਕਿਸੇ ਕੀ ਨਿਰਾਸ਼ ਨਾ ਕਰਾਂ ਫਿਰ ਵੀ ਕਈ ਬੰਦੇ ਨਿਰਾਸ਼ ਹੋਈ ਜਾਂਦੇ ਜੀ ਇਹ ਚੀਜ਼ ਨਹੀਂ ਕਰੀ ਨੇ ਪਰ ਬੰਦਿਆਂ ਕੀ ਤੱਕਣਾ ਚਾਹੀਦਾ ਨਾ ਅਗਲੇ ਨੇ ਕਿਆ ਮਜਬੂਰੀ ਹੈ ਅਸਾਂ ਨੇ ਤਾਂ ਕੋਸ਼ਿਸ਼ ਹੋਣੀ ਕਿ ਸਾਰਿਆਂ ਬੰਦੇ ਕੀ ਖੁਸ਼ ਰੱਖਾਂ ਇਹ ਸਾਰੇ ਸਾਹਮਣੇ ਅੱਜ ਬਕਸਾ ਜਰਾ ਮੈਂ ਪੈ ਕੀਤਾ ਇਹਨਾਂ ਨੇ ਸਾਹਮਣੇ ਇਹ ਨਹੀਂ ਪਤਾ ਮੈਂ ਆਪਣਾ ਸਮਾਨ ਕਹਿ ਜੁਲਿਆ ਹੋਰ ਨਾ ਕਹਿ ਜੁਲਿਆ ਬਿਲਕੁਲ ਮੈਂ ਇਹ ਬਾਣੀ ਪਈਆਂ ਆਪ ਜਿਸ ਨੇ ਬੰਦੋ ਅਸਲ ਵਕਾਰ ਤੁਹਾਡੇ ਮੂੰਹੇ ਕੀ ਹੈ ਕਿ ਨਾ ਕੋਣੀ ਇਹ ਹੈ ਗੱਲ ਮੈਂ ਮਸਲ ਤੱਕ ਕਹਿਣਾ ਜਿਹੜਾ ਬੰਦਾ ਖਾਣਾ ਇਹ ਚੀਜ਼ ਖਣੀ ਹੈ ਦੇ ਉਹ ਜੀ ਤੁਹਾਡੇ ਪਿਆਣਾ ਪੁਰਾ ਮਾਸ਼ਾਅੱਲਾ ਵਕਾਰ ਰਾਮ ਦਿੱਲੀ ਦਾ ਬੜੀ ਖੁਸ਼ੀ ਹੋਈ ਹੈ ਜੀ ਬਹੁਤ ਸ਼ੁਕਰੀਆ ਜੀ ਇਹਨਾਂ ਨਾਲ ਅੱਗੇ ਵੀ ਮਿਲੇ ਜੁਲੇ ਰਹੇ ਹਾਂ ਅਸਾਂ ਲੇਕਿਨ ਅੱਜ ਮੇਰਾ ਆਖਰੀ ਝੜਾ ਇਹਨਾਂ ਨਾਲ ਬਰਕਾਤ ਵਾਸਤੇ ਆਏ ਹਾਂ ਕੋਈ ਪੈਗਾਮ ਬਸ ਮਾੜਾ ਤਾਂ ਇਹ ਹੈ ਪੈਗਾਮ ਹੈ ਆਪਣੇ ਭੈਣਾਂ ਭਰਾਵਾਂ ਵਾਸਤੇ ਮੈਂ ਤਾਂ ਸਾਰਿਆਂ ਕੀ ਇਹ ਹੈ ਜੀ ਜਿਤਨੇ ਮਾੜੇ ਚੈਨਲ ਤੱਕਣੇ ਵਾਲੇ ਨੇ ਜਿਤਨੇ ਚੈਨਲ ਬੱਚੇ ਬਣਾਉਣੇ ਨੇ ਚਾਹੇ ਉੱਥੇ ਬਣਾਉਣੇ ਨੇ ਚਾਹੇ ਇੱਥੇ ਬਣਾਉਣੇ ਨੇ ਮਾਸ਼ਾਅੱਲਾ ਮਾਸ਼ਾਅੱਲਾ ਇਸੇ ਤਰ੍ਹਾਂ ਜਿਸ ਤਰ੍ਹਾਂ ਇੱਥੇ ਸਾਰੇ ਬੱਚੇ ਜੁੜੀ ਕਹਿਤ ਚੈਨਲ ਬਣਾਉਣੇ ਜਿਹੜੇ ਉੱਥੇ ਬੱਚੇ ਪ੍ਰਦੇਸ਼ ਵਿੱਚ ਰਹਿਣੇ ਨੇ ਜਿਹੜੇ ਬਣਾਉਣੇ ਨੇ ਉਹ ਵੀ ਸਾਰੇ ਜੁੜੀ ਮਿਲੀ ਕੇ ਇੱਕ ਦੂਏ ਨਾਲ ਦੋਸਤੀ ਲਾਈ ਕੇ ਜੋ ਉੱਥੇ ਰਹਿਣਾ ਚਾਹੀਦਾ ਭੈਣਾਂ ਭਰਾਵਾਂ ਕੀ ਪਿਆਰ ਅਤੇ ਮੁਹੱਬਤ ਨਾਲ ਜ਼ਿੰਦਗੀ ਚਾਰ ਦਿਹਾੜੇ ਨਹੀਂ ਮਾੜਾ ਬੱਚਿਓ ਸਭ ਦੁਨੀਆ ਪਰ ਪੈਸਾ ਹੋਰ ਕੋਈ ਚੀਜ਼ ਕੋਈ ਨਹੀਂ ਹੈ ਇਨਸਾਨ ਨਾਲ ਪਿਆਰ ਮੁਹੱਬਤ ਹੈ ਤਾਂ ਮੈਂ ਇਹ ਆਖਣੀ ਆਪਣੇ ਪਰਦੇਸੀਆਂ ਭੈਣਾਂ ਭਰਾਵਾਂ ਵਾਸਤੇ ਮਾੜੇ ਬੱਚਿਓ ਤੁਸੀਂ ਰਲੀ ਮਿਲੀ ਆਪਣੇ ਭੈਣਾਂ ਭਰਾਵਾਂ ਨਾਲ ਰਹੋ ਭੈਣਾਂ ਭਰਾਵਾਂ ਨਾਲ ਪਿਆਰ ਅਤੇ ਮੁਹੱਬਤ ਰਹਿਣ ਨਾਲ ਰਹੋ ਆਪਣੇ ਰਿਸ਼ਤੇਦਾਰਾਂ 'ਚ ਵੀ ਆ ਮੈਂ ਕਸਨ ਮਾੜੀ ਨਸੀਹਤ ਹੈ ਕੋਈ ਕਿਸੇ ਨੇ ਘਰ ਪ੍ਰਦੇਸ਼ ਹੈ ਤਾਂ ਉੱਥੇ ਤਾਂ ਟਾਈਮ ਵੀ ਕੋਈ ਇੱਥੇ ਫਿਰ ਥੋੜ੍ਹਾ ਜਿਹਾ ਟਾਈਮ ਹੋਣਾ ਬੰਦਾ ਦਿਹਾੜ ਕੱਢੀ ਰਾਤੀ ਚਲੋ ਲਗਾ ਤੇ ਉੱਥੇ ਸਾਰੇ ਬੱਚੇ ਬਿਜ਼ੀ ਹੋਣੇ ਨੇ ਤੁਸੀਂ ਪਤਾ ਕਿਸੇ ਖੁਸ਼ੀ ਗਮੀ ਵਿੱਚ ਮਿਲਣੇ ਨੇ ਅਤੇ ਜਿਸ ਤਰ੍ਹਾਂ ਵੀ ਜੇ ਜਿਸ ਕੀ ਵੀ ਮਿਲੋ ਨਾ ਮਾੜੇ ਬੱਚਿਓ ਪਿਆਰ ਮੁਹੱਬਤ ਨਾਲ ਮਿਲੋ ਕਿਸੇ ਕੋਲ ਕੋਈ ਚੀਜ਼ ਕਿ ਨਾ ਨਹੀਂ ਹੈ ਨਾ ਕਿਸੇ ਨਾਲ ਕੋਈ ਚੀਜ਼ਾਂ ਨਾਲ ਭੁੱਖਾ ਹੋਣਾ ਨਾ ਕੋਈ ਪੈਸੇ ਨਾਲ ਨਾ ਕੱਪੜੇ ਨਾਲ ਕਿਸੇ ਚੀਜ਼ ਨਾਲ ਇੱਕ ਪਿਆਰ ਨਾਲ ਇਨਸਾਨ ਭੁੱਖਾ ਹੋਣਾ ਤੇ ਪਿਆਰ ਜਿਹੜਾ ਮੁਹੱਬਤ ਹੈ ਔਰ ਅਲੀ ਬਣੀ ਕੇ ਬਾਕੀ ਮੈਂ ਵੀ ਇਹ ਗੱਲ ਆਖਣਾ ਚਾਹਣਾ ਸਭ ਤੋਂ ਪਹਿਲੇ ਜਿਸ ਨੇ ਸਾਡਾ ਚੈਨਲ ਤੱਕਣ ਲੈ ਪੈਣਾ ਭਰਾ
ਉਹਨਾਂ ਕੀ ਵਾਸਤੇ ਖੁਸੂਸੀ ਦੁਆ ਕਰਨਾ ਅੱਲਾਹ ਤਾਲਾ ਉਹਨਾਂ ਦੀ ਸਿਹਤ ਹੈ, ਜਿਹੜੇ ਬਿਮਾਰ ਨੇ ਉਹਨਾਂ ਦੀ ਅੱਲਾਹ ਤਾਲਾ ਸਿਹਤ ਹੈ, ਜਿਹੜੇ ਕਿਸੇ ਵੀ ਪਰੇਸ਼ਾਨੀ ਹਾਲਤ ਵਿੱਚ ਅੱਲਾਹ ਤਾਲਾ ਉਹਨਾਂ ਦੀ ਪਰੇਸ਼ਾਨੀ ਹੁੰਦੀ ਹੈ। ਪੁੱਤਰ ਤੁਸੀਂ ਇਸ ਨਾਲ ਇੰਨੀਆਂ ਜੁੜੀ ਕੇ ਰਹਿਣਾ ਅਤੇ ਇਨਸ਼ਾ ਅੱਲਾਹ ਇਸ ਨੇ ਤਰਫੋਂ ਜਿਹੜੀ ਕੋਈ ਜ਼ਰਾ ਕਿ ਕੋਈ ਗੱਲ ਹੋਈ ਨਾ ਤੁਸੀਂ ਮਿੱਕੀ ਜਲਦੀ ਜਲਦੀ ਟੱਲੀ ਮਾਰਨੀ, ਫਿਰ ਤੱਕ ਅੱਜ ਉੱਥੇ ਸਪੈਸ਼ਲ ਮੈਂ ਅਲੀ ਮਾਂ ਸਾਹਿਬਾ ਅਤੇ ਅਦਰੀਸ ਕੀ ਛੋੜਿਆ ਵਾ, ਮੈਂ ਤਾਂ ਪਹੁੰਚ ਸੋ ਇਹ ਜ਼ਰੂਰ ਪਹੁੰਚੀ ਹੈ। ਜਿਹੜੇ ਉਧਰੋਂ ਅਚਨੇ ਇਤਨੇ ਪੈਸੇ ਲਾਈ ਕੇ ਅਚਨੇ ਅਸਾਂ ਨੀ ਤਕੋ ਉਹਨਾਂ ਨਾਲ ਇਹਸਾਨ ਹੈ ਅਸਾਂ ਪਰ ਤਕੋ ਨਾ ਸਾਡੇ ਵਾਸਤੇ ਸਪੈਸ਼ਲ ਪੈਸਾ ਲਾਈ ਫਿਰ ਸਾਡੀਆਂ ਬੱਚਿਆਂ ਕੀ ਉਹ ਖੜਨੇ ਪਿਆਰ ਮੁਹੱਬਤ ਨਾਲ ਆਪਣੇ ਜਿਗਰ ਨੇ ਟੁਕੜੇ ਦੇਣੇ ਅਤੇ ਫਿਰ ਅਸਾਂ ਕੀ ਵੀ ਚਾਹੀਦਾ ਉਹਨਾਂ ਨਾਲ ਤਾਵਨ ਕਰਨਾ ਚਾਹੀਦਾ, ਊਚ ਨੀਚ ਆਉਣੀ ਰਹਿਣੀ ਹੈ, ਘਰ ਚ ਥੋੜ੍ਹੀ ਮੁੱਚ ਲੱਗੀ ਰਹਿਣੀ ਹੈ ਅਤੇ ਥੋੜ੍ਹੀ ਮੁੱਚ ਕੀ ਬੰਦਾ ਵਧਾਈ ਕੇ ਕਰੀ ਛੋੜੇ ਤਾਂ ਇਹ ਜ਼ਿੰਦਗੀ ਕੋਈ ਨਹੀਂ। ਅੱਲਾਹ ਤੁਸੀਂ ਕੀ ਆਪਣੇ ਮੁਸਲਮਾਨ ਹੈ। ਅਸਲਾਮ ਅਲੈਕੁਮ ਮੜੀਓ ਭੈਣੋ ਅਤੇ ਮੜੀਓ ਭਣੇਓ, ਅੱਲਾਹ ਤੁਸਾਂ ਕੀ ਖੁਸ਼ ਰੱਖੇ ਅਤੇ ਇਹ ਹੁਣ ਆਇਆ ਅਸਾਂ ਵਕਾਰ ਪਰਦੇਸੀ ਨੇ ਘਰੋਂ, ਵਕਾਰ ਕੀ ਮਿਲੀ ਕੈ ਚੀਜ਼ਾਂ ਉਸਕੀ ਦੇਈ ਕੈ ਅਤੇ ਅੱਗੋਂ ਆਈਆਂ ਅਤੇ ਸਿਧਰਾ ਕੀ ਮੈਂ ਆਖਿਆ ਮੈਂ ਸਿਧਰਾ ਇਹ ਕਹਿ ਅਜੇ ਤਿਕਰ ਆਂਢੀ ਕੋ ਨਹੀਂ ਤੂੰ ਰੱਖੀ ਅਤੇ ਆਉਣੀ ਸੀ ਤੁਸਾਂ ਗਈ ਉਹ ਅਤੇ ਤੁਸਾਂ ਨੇ ਫੈਨ ਤੁਸਾਂ ਨੇ ਪਿੱਛੋਂ ਆਈ ਗਿਆ ਮਿਲਣੇ ਵਾਸਤੇ ਤੁਸਾਂ ਕੀ ਫਿਰ ਜ਼ਹਿਰ ਹੁਣ ਤੁਸਾਂ ਘਰ ਕੋ ਨਹੀਂ ਸੋ ਅਤੇ ਫਿਰ ਮਿੱਕੀ ਉਹਨਾਂ ਕੋਲ ਬਹਿਣਾ ਪਈ ਗਿਆ, ਫਿਰ ਉਹ ਗਏ ਨੇ ਅਤੇ ਫਿਰ ਅੱਗੇ ਪਿੱਛੇ ਫਿਰ ਹੋਰ ਹੀ ਕੰਮ ਕਰਨੀ ਰਹੀਆਂ ਘਰਾਂ ਨਾਲ ਤਾਂ ਲੇਟ ਹੋਈ ਗਈਆਂ ਅਤੇ ਮੈਂ ਆਖਿਆ ਤਾਂ ਨਾ ਫਿਰ ਮੈਂ ਆਂਢੀ ਬਣਾਈ ਜਾਂ ਅੰਮੀ ਅੱਬੂ ਹੋਏ ਐਡੀ ਲੇਟ ਹੋਈ ਗਏ ਨੇ ਅਤੇ ਕਿਆ ਪਤਾ ਕੁਦਰ ਕਿਸਮ ਦਾਵਤਾਂ ਦੂਵਤਾਂ ਨਾਲ ਖਾਣੇ ਰਵੇ, ਮੈਂ ਐਵੇਂ ਬਣਾਈ ਕੇ ਰੱਖੀ ਛੋੜਾ ਉਹ ਫਿਰ ਅਸਾਂ ਫਿਰ ਲੇਟ ਤਾਂ ਹੋਈ ਗਿਆ ਵਕਾਰ ਨੇ ਘਰ ਗਿਆ ਉੱਥੇ ਬੈਠੇ ਖਲਚਿਆਂ ਸਭ ਕੁਝ ਉਸ ਅੱਗੇ ਰੱਖਿਆ ਖਾਧਾ ਪੀਤਾ, ਫਿਰ ਜੈਸੇ ਗੇਡੂ ਮਾੜੀ ਉਹ ਧੀ ਉਹ ਬਾਹਰ ਨਿਕਲਿਆ ਅਤੇ ਉਹ ਮਾੜ ਲਿਆ ਅਸਾਂ ਨੇ ਫੈਨ ਹੋਰ ਅੱਗੋਂ ਉਹਨਾਂ ਦਾ ਅਸਾਂ ਕੀ ਫਿਰ ਘੇਰੀ ਕੀਤਾ ਉਸ ਉਹਨਾਂ ਆਖਿਆ ਤੁਸੀਂ ਕਦੇ ਜਾਈ ਨਹੀਂ ਸਕਣੇ ਹੋ, ਅਸਾਂ ਫਿਰ ਉਹਨਾਂ ਨੇ ਘਰ ਕੇ ਉੱਠੀਆਂ ਉਹਨਾਂ ਕੀ ਫਿਰ ਮਿਲਿਆ ਉਹਨਾਂ ਨਾਲ ਬੈਠੇ ਰਿਹਾ, ਫਿਰ ਉਹਨਾਂ ਅੱਲਾ ਜ਼ਿੰਦਗੀ ਕਰੇ ਮਾੜੀ ਉਸ ਭਣਾਈ ਨਹੀਂ ਜੀਣੀ ਤਾਂ ਬਸਣੀ ਰਵੇ ਉਹਨਾਂ ਨੇ ਘਰ ਗਏ ਹਾਂ ਇਹ ਤੱਕੀ ਕਰੋ ਉਸ ਅਸਾਂ ਕੀ ਫਿਰ ਲੱਦੀ ਕੇ ਭੇਜੀ ਛੋੜਿਆ, ਇਹ ਤਾਂ ਕੋ ਇਹ ਲੋਕ ਦੇਣਾ ਨਿੱਕੀਆਂ ਨਿੱਕੀਆਂ ਕੋ ਆਪਣੀਆਂ ਬੋਤਲਾਂ ਉਹ ਤਾਂ ਕੋ ਅਸਾਂ ਨੇ ਅਸਾਂ ਤੁਸੀਂ ਬੜੀਆਂ ਬੜੀਆਂ ਉਹਨਾਂ ਚਾਹੀਦੀਆਂ ਇਹ ਡੱਬੇ ਜੂਸਾਂ ਨੇ ਇਹ ਤਾਂ ਕੋ ਇਹ ਮਿਠਿਆਈ ਇਹ ਤੱਕੀ ਕਿਨੋ ਇਹ ਹੁਣ ਕੁਣ ਖਾਸੀ ਹੁਣ ਬਾਹੋ ਅਤੇ ਅੱਲਾ ਜ਼ਿੰਦਗੀ ਕਰੇ ਉਸਕੀ ਅਤੇ ਅੱਲਾ ਉਸਕੀ ਢੇਰ ਸਾਰੀਆਂ ਖੁਸ਼ੀਆਂ ਦੇਵੇ ਅਤੇ ਅੱਲਾ ਉਸਨੇ ਕਾਰੋਬਾਰ 'ਚ ਤਰੱਕੀਆਂ ਕਰੋ ਅਤੇ ਅੱਲਾ ਉਸਦੀਆਂ ਧੀਆਂ ਨੇ ਅੱਲਾ ਨਸੀਬ ਚੰਗਾ ਕਰੇ ਅਤੇ ਅੱਲਾ ਉਸ ਮਾੜੀ ਭਣਾਈ ਕੀ ਕਾਮਯਾਬੀਆਂ ਦੇਵੇ ਜੋ ਮਰਜ਼ੀ ਉਸਨੇ ਦਿਲਾਂ ਦੀ ਖੁਆਇਸ਼ ਹੈ ਅੱਲਾ ਉਸ ਮਾੜੀ ਸ਼ਾਦੀਆਂ ਨੂੰ ਪੂਰੀ ਕਰੇ ਅਤੇ ਅੱਲਾ ਉਸਕੀ ਖੁਸ਼ੀਆਂ ਦੇਵੇ ਅਤੇ ਫਿਰ ਉਸਨੇ ਘਰ ਗਿਆ ਉਸਕੀ ਮਿਲਿਆ ਉੱਥੇ ਤਾਂ ਉਹ ਅੱਛਾ ਨਹੀਂ ਮਿਲਦੇ ਤਾਂ ਮੈਂ ਤਾਂ ਰੋਟੀ ਤੋਂ ਬਗੈਰ ਜਾਣ ਉਹ ਧੀਏ ਘਰ ਕੋਈ ਨਾ ਕੋਈ ਬੰਦਾ ਆਈ ਜਾਸੀ ਤਾਂ ਉਹ ਗੱਲ ਹੋਈ ਸਿਧਰਾਣੀ ਅੰਮੀ ਤੁਸਾਂ ਗਏ ਹੋ ਤੁਸਾਂ ਨੇ ਫੈਨ ਆਈ ਗਏ ਮਿਲਣੇ ਵਾਸਤੇ ਫਿਰ ਉਹਨਾਂ ਨਾਲ ਫਿਰ ਬੈਠੀ ਰਹੀਆਂ ਆਂਢੀ ਕੋ ਨਾ ਬਣਾਈ ਅਤੇ ਫਿਰ ਮੈਂ ਆਖਿਆ ਚਲੋ ਕੋ ਨਹੀਂ ਫਟੋਫਟ ਬਣੀ ਜਾਣੀ ਅਤੇ ਮੈਂ ਤਾਂ ਆਈ ਹਾਂ ਯਕੀਨ ਕਰੋ ਮੜੀ ਧੀਓ ਕਸਮੇ ਕੱਪੜੇ ਲਾਈ ਸੱਟੇ ਹੋਏ ਬਥੇ ਉਹ ਵੀ ਵਹਿਲੇ ਨਹੀਂ ਸਨ ਪਰ ਨਵੇਂ ਤੁਸਾਂ ਪਤਾ ਨਾ ਕੱਪੜੇ ਬੁੱਢੇ ਬੰਦੇ ਕੋਲ ਨਹੀਂ ਲੱਗਣੇ ਮੈਂ ਤਾਂ ਅੱਛਣੇ ਸਾਧ ਲਾਈ ਲੂ ਸਿਧਰਾਣੀ ਅੰਮੀ ਨਾਲ ਲਾ ਉਹਨਾਂ ਲਾ ਮੈਂ ਛੋੜ ਪੱਥਰ ਬਸ ਮਾੜੀਆਂ ਭਣਾਈਆਂ ਤੱਕਿਆ ਵਾ ਮਿੱਕੀ ਜੋ ਖਾਲ ਸਾਡੀ ਖਾਲਾ ਕੀ ਹੋ ਜੀ ਹੈ ਕੱਪੜੇ ਨਾਲ ਕੋਈ ਨਹੀਂ ਸ਼ੋ ਹੋਣੀ ਮਾੜੀ ਧੀ ਉਹ ਮੁਹੱਬਤ ਨਾਲ ਸ਼ੋ ਹੋਣੀਆਂ ਗੱਲਾਂ ਨਾਲ ਸ਼ੋ ਹੋਣੀਆਂ ਭਣਾਈਆਂ ਭੜਿਆਂ ਨਾਲ ਗੱਲਾਂ ਕਰੋ ਪਿਆਰ ਨਹੀਂ ਮੁਹੱਬਤਾਂ ਨਾਲ ਅਤੇ ਉਹ ਫਿਰ ਮੁਹੱਬਤ ਅਤੇ ਪਿਆਰ ਹੋਣੀਆਂ ਕਹਿ ਹੁਣ ਪਿਆਰ ਅਤੇ ਮੁਹੱਬਤ ਨਹੀਂ ਗੱਲ ਨਾ ਕਰੋ ਤਾਂ
ਕੱਪੜਾ ਸ਼ੋਅ ਦੱਸਣੇ ਮਾਰੇ ਲਾਓ ਤਾਂ ਫਿਰ ਉਹਨਾਂ ਕੱਪੜਿਆਂ ਨਾਲ ਫਾਇਦਾ ਕੋਈ ਨਹੀਂ ਆਉਣਾ। ਚਲੋ ਕੁਦਰਤ ਬੰਦਾ ਜਾਣਾ ਤਾਂ ਲਾਉਣਾ ਪਈ ਜਾਣਾ। ਮਿਕੀ ਡਾਢੀ ਗਰਮੀ ਲੱਗੀ ਵੀ, ਫਿਰ ਤੁਸੀਂ ਪਤਾ ਨਾ ਮਾੜੀ ਸਾਦੀਆ ਦੋ ਪੱਖੇ ਦੇ ਗਈ ਸੀ। ਉਸ ਆਖਿਆ ਮਾੜੀ ਅੰਮੀ ਕੀ ਅਤੇ ਮਾੜੀ ਨਨਾਣ ਕੀ ਗਰਮੀ ਨਾ ਲੱਗੇ। ਜਦ ਅਪਰੂ ਪੱਖਾ ਲਾਓ ਤਾਂ ਫਿਰ ਗੇਰ ਠੀਕ ਰਹੇ, ਗੈਸ ਨਹੀਂ ਚੱਲਣੇ, ਬੰਦ ਹੋਈ ਜਾਣੇ। ਫਿਰ ਇਹ ਮਾੜੀ ਸਾਦੀਆਂ ਲਈ ਮਿਲੇ, ਇਹ ਹੁਣ ਮੈਂ ਪੱਖਾ ਲਾਈ ਕੇ ਖਲਤੀ ਰਹੀ ਹਾਂ, ਕੋਈ ਗਰਮੀ ਕੋਈ ਪਰਸੀਨਾ ਤਾਂ ਕਿਆ ਮੇਰੇ ਮੂੰਹ ਪਰ ਸਾਰਾ ਸੁੱਕੀ ਗਿਆ। ਅਤੇ ਅੱਲਾ ਮਾੜੀ ਜ਼ਿੰਦਗੀ ਕਰੇ ਮਾੜੀ ਸਾਦੀਆਂ ਅਲੀ ਮਾਂ ਨੂੰ, ਅੱਲਾ ਉਸ ਕੀ ਢੇਰ ਸਾਰੀਆਂ ਖੁਸ਼ੀਆਂ ਦੇਵੇ। ਅਤੇ ਮੈਂ ਆਖਿਆ ਚਲੋ ਸਿਧਰਾ ਕੀ ਆਖਿਆ ਤੂੰ ਹੋਰ ਕੰਮ ਕਰੀ ਕਿ ਮੈਂ ਜਲਦੀ ਜਲਦੀ ਤੂੰ ਕੀ ਫਿਰ ਹੁਣ ਆਂਡੀ ਬਣਾਈ ਦੇਣੀ ਆ। ਫਿਰ ਉਹ ਹੁਣ ਦਾਣੇ ਵੀ ਸਾਡੇ ਬਾਹਰ ਅਜੇ ਖਿਲਰੇ ਪਏ ਨੇ, ਉਹ ਵੀ ਹੁਣ ਕੋਈ ਸਮੇਟੇ, ਉਹ ਹੁਣ ਸਭ ਔਰ ਸਮੇਟ ਸਨ ਸਮਾਨ ਸਾਰਾ ਦੇ ਆਇਆ, ਸਾਰਾ ਸਮਾਨ ਦੇ ਆਇਆ। ਮਾਸ਼ਾ ਅੱਲਾ, ਅੱਲਾ ਉਸ ਕੀ ਖੈਰੀ ਸਲਾਮਤ ਪਹੁੰਚਾਏ। ਯਕੀਨ ਕਰੋ ਧੀਆਂ ਪੁੱਤਰ ਸਾਰਿਆਂ ਨੇ ਜਾਣੇ ਨੇ ਕਸਮੇ। ਅੱਜ ਕੱਲ੍ਹ ਨੇ ਦੌਰ ਹੈ, ਤੁਸੀਂ ਕਿਵੇਂ ਪਹਿਲੇ ਵੀ ਵੀਡੀਓ ਵਿੱਚ ਪਾਇਆ, ਜਾਂ ਅੰਗਲੈਂਡੂ ਆਇਆ ਸਾ ਮਾੜੇ ਪੁੱਤਰਿਆਂ ਨਾਲ ਦੋਸਤ, ਅਤੇ ਉਹ ਉਸ ਆਉਂਦਾ ਸਾ ਸਾਡੀ ਪੂਰੀ ਫੈਮਿਲੀ ਨਾਲ ਸਮਾਨ, ਅਤੇ ਜਾਂ ਇਹ ਵਕਾਰ ਪਰਦੇਸੀ ਜੁਲਿਆ ਅਤੇ ਇਸ ਸਾਡਾ ਸਮਾਨ ਘਿਣ ਕੇ ਗਿਆ। ਯਕੀਨ ਕਰੋ ਸਪੈਸ਼ਲ ਉਸ ਸਿਧਰਾ ਨੇ ਅੱਬੂ ਕੀ ਆਖਿਆ ਤੁਸਾਂ ਮਾਵਾਂ ਪੈਕ ਕਰੋ ਅਤੇ ਸਮਾਨ ਰੱਖੋ ਪੂਰਾ ਬੈਗ ਜਿਹੜਾ ਹੈ ਨਾ ਉਸ ਸਾਰਾ ਸਮਾਨ ਹੈ ਨਾ ਫੁੱਲ ਕੀਤਾ। ਅਤੇ ਅੱਲਾ ਉਸ ਕੀ ਖੈਰੀ ਸਲਾਮਤ ਪਹੁੰਚਾਏ, ਅੱਲਾ ਉਸ ਕੀ ਕਾਮਯਾਬੀਆਂ ਦੇਵੇ। ਅਤੇ ਇਹ ਕੋਈ ਕੋਈ ਮਾੜੀ ਧੀਓ ਭੈਣੋ ਖੜਨਾ, ਅਤੇ ਕੋਈ ਤੁਸੀਂ ਪਤਾ ਰੋਟੀ ਚੀਜ਼ ਦਿਓ ਤਾਂ ਉਹ ਵੀ ਨਹੀਂ ਖੜਨਾ ਆਉਣਾ, ਸਾਡੇ ਕੋਲ ਜਗ੍ਹਾ ਕੋਈ ਨਹੀਂ। ਮੈਂ ਹੁਣ ਘਰ ਤਲਾਂ ਭਿੰਡੀਆਂ, ਇੱਕ ਵਾਰੀ ਤਲਾਂ ਫਿਰ ਮਸਾਲਾ ਤਿਆਰ ਕਰਾਂ। ਅਤੇ ਮਾੜੀ ਧੀਓ ਮੈਂ ਪਹਿਲੇ ਭਿੰਡੀਆਂ ਜ਼ਰਾ ਜ਼ਰਾ ਆਈ ਮੈਂ ਤਲੀ ਕਿੰਨੀ ਆ, ਅਤੇ ਉਹਨਾਂ ਨੇ ਲੇ ਲੈਸ ਚੱਕੀ ਨੇ, ਲੇਸ ਕੋਈ ਥਈਏ ਆਖਣੇ ਨੇ, ਵਿੱਚ ਪਿਆਜ਼ ਪਾਓ ਅਤੇ ਟਮਾਟਰ ਪਾਓ ਅਤੇ ਲੇਸ ਹੋਈ ਜਾਣੀ। ਮੈਂ ਤਾਂ ਕਹਿੰਦਾ ਮਾੜੀ ਧੀਓ ਕੋਈ ਮਾੜੀਆਂ ਭਿੰਡੀਆਂ ਥਈਏ, ਮੈਂ ਸਭ ਕੁਝ ਇਕੱਠਾ ਪਾਈ ਛੋੜ ਸਾ, ਟਮਾਟਰ ਵੀ ਥੋੜ੍ਹੇ ਜਿਹਾ ਪਿਆਜ਼ ਥੋੜ੍ਹੇ ਜਿਹੇ ਧੋਈ ਜਾ ਸਕਣ, ਕੱਚਾਪਨ ਇਹਨਾਂ ਨਾਲ ਜਿਹੜਾ ਇਹਨੂੰ ਖਤਮ ਹੋਈ ਜਾ ਸੀ, ਅਤੇ ਫਿਰ ਇਹ ਵਿੱਚ ਬਾਈ ਛੋੜ ਸਾਂ ਟਮਾਟਰ ਅਤੇ ਨਾਲ ਮਿਰਚਾਂ ਸ਼ਰਚਾਂ ਵਿੱਚ ਕੁੱਟੀ ਕੇ ਬਾਈ ਛੋੜ ਸਾਂ, ਹਾਂਡੀ ਬਣੀ ਜਾ ਸੀ ਦੋ ਮਿੰਟਾਂ ਨੇ ਅੰਦਰ। ਧੀਓ ਕਹਿ ਕੰਮ ਨਾ ਆਉਣਾ, ਐਵੇਂ ਕੁੜੀਆਂ ਆਉਣੀਆਂ ਉਹ ਕੋਲਾ ਜੀ ਹੁਣ ਕਿਆ ਕਰਸਾਂ, ਡੰਡਿਆ ਹਨੇਰਾ ਪਈ ਗਿਆ, ਇਹ ਟਾਈਮ ਕੋ ਨਹੀਂ ਹੁਣ, ਇਹ ਦੋ ਮਿੰਟ ਮਾੜੀਏ ਧੀਓ ਗੈਸਾਂ ਪਰ ਤਾਂ ਐਵੇਂ ਵੀ ਮਿੱਕੀ ਸਵਾਦ ਕੋ ਨਹੀਂ ਹੁਣ, ਕੰਮਾਂ ਨੇ ਦਿਹਾੜੇ ਨੇ ਤਾਂ ਗੈਸ ਇਸਤੇਮਾਲ ਕਰਨੇ, ਨਹੀਂ ਤਾਂ ਧੀਏ ਕਸਮੇ ਚੁੱਲ੍ਹਾ ਠੀਕ ਨੇ, ਬੰਦਾ ਇੱਧਰੋਂ ਤੁਰਿਆ ਫਿਰਿਆ ਇੱਧਰੋਂ ਤੁਰਿਆ ਫਿਰਿਆ ਹਾਂਡੀ ਬਣੀ ਜਾਣੀ। ਇਹ ਤਾਂ ਹੁਣ ਸਪੈਸ਼ਲ ਜੀ ਪੱਖਾ ਲਾਈ ਕੇ ਖੜ੍ਹ ਕੇ ਇਸ ਤਰ੍ਹਾਂ। ਤਾਂ ਚਲੋ ਕੁੜੀਆਂ ਨੇ ਤਾਂ ਕੰਮ ਉਹ ਕਰੀ ਕਿੰਨੀਆਂ ਨੂੰ ਹੋਣਾ, ਤਾਂ ਹੁਣ ਮੈਂ ਆਉਣੀ ਤਾਂ ਨਹੀਂ ਦੇਰ ਹੁਣ ਖੱਲਾਂ, ਇਹ ਤਾਂ ਕੋਈ ਮੰਦੇ ਹਾਲ ਕਸਮੇ, ਮੈਂ ਤਾਂ ਕੋ ਮਾੜੀ ਧੀਓ ਮੰਦੇ ਹਾਲ ਸੋਤ ਲੱਥਾ ਨੇ ਸ਼ੁਕਰ ਅਲਹਮਦੁਲਿਲਾ ਮਾੜੇ ਪੈਰ ਕੀ ਉਲਟੀ ਤਾਂ ਹੋਈ ਜਾਣੀ, ਗੋਲੀਆਂ ਜਿਹੜੀਆਂ ਨੇ ਤੋਬਾ ਤੋਬਾ ਬੂੰ ਡਾਢੀਆਂ ਸਖਤ ਨੇ ਕਸਮੇ, ਮਾੜਾ ਤਾਂ ਮੈਦਾ ਜਿਹੜਾ ਨੇ ਇਹਨਾਂ ਕਸਮੇ ਮਲਿਆ ਵਾ, ਇਹ ਸ਼ੁਕਰ ਪੈਰ ਸ਼ੁਕਰ ਅਲਹਮਦੁਲਿਲਾ ਥੋੜ੍ਹਾ ਠੀਕ ਹੈ। ਫਿਰ ਹੁਣ ਖਲੀ ਕੇ ਹੁਣ ਆਂਡੀ ਰੋਟੀ ਕਰਾਂ, ਫਿਰ ਤਾਂ ਤੁੰਮਣ ਮੁੰਮਣ ਹੋਈ ਜਾਂਦੀ ਨਾ, ਇਸ ਮਾੜੇ ਜਿਹੜੇ ਬਹੀ ਕੇ ਕਰੀ ਕਿੰਨੇ ਹੁਣ ਟਾਈਮ ਥੋੜ੍ਹਾ ਸਾ ਮੈਂ ਹੈ ਚਲੋ ਬਣਾਈ ਕਿੰਨੀ। ਅੱਲਾ ਤੁਸਾਂ ਕੀ ਖੁਸ਼ ਰੱਖਿਆ, ਅੱਲਾ ਬਾਅਦ ਰੱਖਿਆ। ਤਾਂ ਫਿਰ ਅਗਲੇ ਵਲੋਗ ਨਾਲ ਤਾਂ ਜਲਦੀ ਜਲਦੀ ਟੱਲੀ ਮਾਰਿਆ ਜੇ ਹੈ ਨਾ, ਪੇਪਰ ਵੀ ਮਾਰਿਆ ਗਈ ਉਂਗਲੀ ਉਹ ਕਹਿ ਰਹੇ ਨੇ ਉਹ ਜਿਹੜਾ ਦਿਲ ਬਣਿਆ ਵਾ ਉਹਨੇ ਪਰ ਤੂੰ ਹੱਸ ਠੀਕ ਹੈ ਕਹਿ ਤੇ ਮਾੜੀਆਂ ਪੜ੍ਹਾਈਆਂ ਕੀ ਪਤਾ ਸਾਡੀ ਖਾਲਾ ਕੀ ਕੋਈ ਨਹੀਂ ਹੱਸਣੀ, ਉਹ ਮਾੜੇ ਪਰ ਨਹੀਂ ਹੱਸਣੀਆਂ, ਉਹਨਾਂ ਦਾ ਸਾਰਾ ਪਤਾ ਮਾੜੀਆਂ ਪੜ੍ਹਾਈਆਂ ਕੀ ਤੂੰ ਹੱਸੀ ਕਿ ਇਹ ਤੱਕ ਧੀ ਆਪਣੀ ਹੱਸਣੀ ਪਈ ਵੀ ਹੈ ਤਾਂ ਫਿਰ ਜ਼ਹਿਰ ਹੋਰ ਤਾਂ ਸਾਰੇ ਹੱਸ ਸਨ ਨਾ ਪੜ੍ਹਾਈਆਂ ਨਾ ਹੱਸਣ ਸਨ, ਹੋਰ ਤਾਂ ਜਿਹੜੇ ਬਹੁਤ ਸਾਰੇ ਬੰਦੇ ਹੋਣੇ ਮਾੜੇ ਪੜ੍ਹਾਏ ਪੜ੍ਹਾਏ ਕੋਈ ਅੱਗੇ ਹੋਣੇ ਨਾ ਅੱਲਾ ਦੇ ਪਿਆਰੇ ਅੱਲਾ ਜ਼ਿੰਦਗੀ ਕਰੇ। ਮੈਂ ਉਹਨਾਂ ਕੀ ਵੀ ਨਾ ਗਾਲ ਮੰਦਾ ਕਰਨੀ ਜਦੋਂ ਭਾਵੇਂ ਮੈਂ ਕੀ ਕੁਝ ਆਪਣੇ ਹੱਸਣ, ਅੱਲਾ ਉਹਨਾਂ ਨੇ ਵੀ ਉਹਨਾਂ ਵਾਸਤੇ ਵੀ ਮੈਂ ਦੁਆ ਕਰਦੀ ਹਾਂ ਅਤੇ ਦੁਆ ਮੰਗਦੀ ਹਾਂ। ਅੱਲਾ ਤੁਸੀਂ ਕੀ ਆਪਣੀ ਸਮਾਨ ਰੱਖੇ ਅਤੇ ਅੱਲਾ ਖੁਸ਼ ਰੱਖੇ।